ਸਿਆਣੇ ਬਜ਼ੁਰਗਾਂ ਦੁਆਰਾ ਦਸੀਆਂ ਕਮ ਆਉਣ ਵਾਲੀਆਂ ਗੱਲਾਂ ਨੰਬਰ 1 ਕੋਲ ਡਰਿੰਕ ਦਾ ਜ਼ਿਆਦਾ ਸੇਵਨ ਕਰਨ ਨਾਲ ਸਾਡੀ ਕਿਡਨੀ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਨੰਬਰ 2 ਚੀਨੀ ਨਮਕ ਅਤੇ ਮੈਦੇ ਦਾ ਸੇਵਨ ਘੱਟ ਕਰੋ ਕਿਉਂਕਿ ਇਹ ਸਾਡੇ ਸਰੀਰ ਲਈ ਜ਼ਹਿਰ ਦਾ ਕੰਮ ਕਰਦਾ ਹੈ ਨੰਬਰ 3 ਜੇਕਰ ਅਸੀਂ ਹਰ ਰੋਜ਼ 8-10 ਗਲਾਸ ਪਾਣੀ ਦੇ ਪੀਂਦੇ ਹਾਂ ਤਾਂ ਇਸ ਨਾਲ ਸਾਡੇ ਗੁਰਦੇ ਹਮੇਸ਼ਾ ਠੀਕ ਰਹਿੰਦੇ ਹਨ ਇਸ ਲਈ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰੋ। ਨੰਬਰ 4 ਦੁੱਧ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਉਵਾਲ ਜ਼ਰੂਰ ਦਿਓ ਤਾਂ ਕਿ ਘਟਾਣ ਨੂੰ ਖਤਮ ਹੋ ਜਾਣ ਪਰ ਦੁੱਧ ਨੂੰ ਜ਼ਿਆਦਾ ਦੇਰ ਤੱਕ ਨਾ ਉਵਾਲੋ। ਇਸ ਨਾਲ ਉਸ ਦੇ ਪੋਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਨੰਬਰ 5 ਘਰ ਵਿੱਚ ਲੱਗੇ ਬਿਜਲੀ ਵਾਲੇ ਸਵਿੱਚ ਬੋਰਡ ਨੂੰ ਸਾਫ਼ ਕਰਨ ਲਈ ਤੁਸੀਂ ਕੋਲਗੇਟ ਬਰਸ਼ ਨੂੰ ਲਗਾ ਕੇ ਬੋਰਡ ਉੱਤੇ ਰਗੜੋ ਤੇ ਫਿਰ ਸੁੱਕੇ ਕੱਪੜੇ ਨਾਲ ਸਾਫ਼ ਕਰਦੇ ਵੋ ਸਵਿਚ ਬੋਰਡ ਚਮਕ ਜਾਵੇਗਾ ਨੰਬਰ 6 ਫ੍ਰਿਜ ਵਿੱਚੋਂ ਗੰਦੀ ਬਦਬੂ ਨੂੰ ਬਾਹਰ ਕੱਢਣ ਲਈ ਇੱਕ ਅਖਬਾਰ ਦਾ ਟੁਕੜਾ ਲਵੋ ਤੇ ਉਸ ਉੱਪਰ ਪਾਣੀ ਛਿੜਕ ਕੇ ਉਸ ਨੂੰ ਫੋਲਡ ਕਰ ਲਵੋ ਤੇ ਫਿਰ ਉਸ ਨੂੰ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਨਾਲ ਫ੍ਰਿਜ ਦੀ ਸਾਰੀ ਬਦਬੂ ਆਪਣੇ ਅੰਦਰ ਸੋਖ ਲਵੇਗਾ ਅਖਬਾਰ ਇਸ ਨੂੰ 7-8 ਘੰਟਿਆਂ ਬਾਅਦ ਫ੍ਰਿਜ ਵਿੱਚੋਂ ਬਾਹਰ ਕੱਢ ਦੇਵੋ ਨੰਬਰ 7 ਜੇਕਰ ਖਾਣਾ ਖਾਣ ਸਮੇ ਸਾਡੀ ਜੀਭ ਦੰਦਾਂ ਥੱਲੇ ਆ ਜਾਵੇ ਤਾਂ ਉਸ ਸਮੇ ਹੀ ਕੋਈ ਮਿੱਠੀ ਚੀਜ਼ ਖਾ ਲਵੋ ਇਸ ਤਰ੍ਹਾਂ ਕਰਨ ਨਾਲ ਸਾਨੂੰ ਬਹੁਤ ਆਰਾਮ ਮਿਲੇਗਾ ਨੰਬਰ 8 ਆਪਣੇ ਨੋਹਾਂ ਨੂੰ ਦੋਨੋਂ ਹੱਥਾਂ ਨਾਲ ਰੋਜ਼ਾਨਾ ਜ਼ਰੂਰ ਕਸਾਓ ਇਸ ਨਾਲ ਸਾਡੇ ਵਾਲ ਕਾਲੇ ਹੁੰਦੇ ਹਨ ਤੇ ਨਾਲ ਹੀ ਸਰੀਰ ਨੂੰ ਕਈ ਫਾਇਦੇ ਵੀ ਹੁੰਦੇ ਹਨ ਨੰਬਰ 9 ਕਦੇ ਵੀ ਰੋਟੀ ਬਿਸਤਰੇ ਉੱਪਰ ਬੈਠ ਕੇ ਨਹੀਂ ਖਾਣੀ ਚਾਹੀਦੀ ਕਿਉਂਕਿ ਰੋਟੀ ਖਾਂਦੇ ਸਮੇਂ ਕੁਝ ਨਾ ਕੁਝ ਬੈੱਡ ਤੇ ਡਿੱਗ ਜਾਂਦਾ ਹੈ ਜਿਸ ਨਾਲ ਕੀੜੀਆਂ ਆ ਜਾਂਦੀਆਂ ਹਨ ਨੰਬਰ 10 ਜੇਕਰ ਅਸੀਂ ਆਪਣੇ ਮਹਿੰਦੀ ਦਾ ਰੰਗ ਬਹੁਤ ਹੀ ਜ਼ਿਆਦਾ ਗੂੜਾ ਕਰਨਾ ਚਾਹੁੰਦੇ ਹਾਂ ਤਾਂ ਮਹਿੰਦੀ ਲਗਾਉਣ ਤੋਂ ਬਾਅਦ ਨੀਲਗिरी ਦਾ ਤੇਲ ਲਗਾ ਲਵੋ ਇਸ ਨਾਲ ਮਹਿੰਦੀ ਬਹੁਤ ਚੜ੍ਹੇਗੀ ਨੰਬਰ 11 ਸੌਂ ਸਮੇਂ ਕਦੇ ਵੀ ਮੂਦੇ ਹੋ ਕੇ ਨਾ ਸੋਵੋ ਇਸ ਨਾਲ ਸਾਡੇ ਦਿਲ ਵਿੱਚ ਬਹੁਤ ਦਬਾਅ ਪੈਂਦਾ ਹੈ ਜਿਸ ਨਾਲ ਸਾਨੂੰ ਸਾਹ ਲੈਣ ਤੋਂ ਇਲਾਵਾ ਹੋਰ ਹੀ ਕਈ ਸਮੱਸਿਆ ਹੋ ਸਕਦੀਆਂ ਹਨ ਨੰਬਰ 12 ਰਾਤ ਨੂੰ ਜ਼ਿਆਦਾ ਪੇਟ ਭਰ ਕੇ ਖਾਣਾ ਜਾਂ ਫਿਰ ਜ਼ਿਆਦਾ ਠੰਡਾ ਦੁੱਧ ਕਦੇ ਵੀ ਨਾ ਖਾਵੋ ਇਸ ਨਾਲ ਇੱਕ ਤਾਂ ਨੀਂਦ ਨਹੀਂ ਆਉਂਦੀ ਦੂਸਰੋ ਵਾਰ-ਵਾਰ ਪਿਸ਼ਾਬ ਆਉਂਦੀ ਸਮੱਸਿਆ ਹੁੰਦੀ ਹੈ ਨੰਬਰ 13 ਗਰਭਵਤੀ ਔਰਤਾਂ ਨੂੰ ਜ਼ਿਆਦਾ ਹਲਦੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਕਈ ਵਾਰ ਇਸ ਨਾਲ ਪੇਟ ਵਿੱਚ ਦਰਦ ਤੋਂ ਇਲਾਵਾ ਸਰੀਰ ਉੱਪਰ ਖਾਜ ਦਾਦ ਹੋਣ ਲੱਗ ਜਾਂਦੀ ਹੈ ਇਸ ਲਈ ਹਲਦੀ ਦੀ ਵਰਤੋਂ ਘੱਟ ਕਰੋ ਨੰਬਰ 14 ਦਿਨ ਵਿੱਚ 8 ਤੋਂ 10 ਗਲਾਸ ਪਾਣੀ ਦੇ ਰੋਜ਼ਾਨਾ ਜ਼ਰੂਰ ਪੀਓ ਇਸ ਨਾਲ ਸਾਡੀ ਚਮੜੀ ਖੁਸ਼ਕ ਨਹੀਂ ਹੁੰਦੀ ਤੇ ਨਾਲ ਹੀ ਇਸ ਨਾਲ ਸਾਡੇ ਸਰੀਰ ਦੀ ਸਫਾਈ ਵੀ ਬਹੁਤ ਚੰਗੇ ਤਰੀਕੇ ਨਾਲ ਹੁੰਦੀ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ